ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੋਪ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ। ਆਪਾਂ ਵੀ ਬਹੁਤ ਵਧੀਆ ਵਾਂ। ਸੋ ਤੁਸੀਂ ਦੇਖ ਰਹੇ ਹੋ ਜੀ ਸਾਡਾ ਚੈਨਲ ਕੈਸ਼ ਫਿਲਮ ਵਲੌਗਸ। ਸੋ ਅੱਜ ਅਸੀਂ ਆਏ ਹਾਂ ਜੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅਤੇ ਅੱਜ ਤਰੀਕ ਹੈ ਜੀ 28 ਅਗਸਤ। ਸੋ ਅੱਜ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੈ। ਸੋ ਅਸੀਂ ਦਰਬਾਰ ਸਾਹਿਬ ਆਏ ਹਾਂ ਰਾਤੀ, ਰਾਤ ਦਾ ਟਾਈਮ, ਕਵਾੜ ਸਾਹਿਬ ਬੰਦ ਹੋ ਚੁੱਕੇ ਹਨ ਅਤੇ ਅਸੀਂ ਹੈਗੇ ਹਾਂ ਜੀ ਇਸ ਲਈ, ਟਾਈਮ ਕੁਝ ਹੋ ਗਿਆ ਹੈ, 1:30 ਵੱਜ ਚੁੱਕਿਆ ਜੀ ਰਾਤ ਦਾ। ਸੋ 2:30 ਵਜੇ ਜਿਹੜੇ ਆ ਕਵਾੜ ਖੁੱਲ੍ਹਦੇ ਨੇ। ਸੋ ਇਹ ਤੁਸੀਂ ਦ੍ਰਿਸ਼ ਦੇਖੋ, ਕਿੰਨੀ ਸੰਗਤਾਂ ਆਈਆਂ ਹੋਈਆਂ ਬਾਹਰੋਂ। ਸੋ ਬਹੁਤ ਹੀ ਜ਼ਿਆਦਾ ਸੰਗਤ ਆਈ ਹੋਈ ਹੈ, ਬਹੁਤ ਹੀ ਵਧੀਆ ਦ੍ਰਿਸ਼ ਹੈ, ਤੁਸੀਂ ਦੇਖ ਸਕਦੇ ਹੋ। ਔਰ ਸਜਾਵਟ ਜਿਹੜੀ ਹੈ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ। ਸੋ ਸਾਰੇ ਜਿਹੜੇ ਫਲਾਵਰਸ ਨੇ ਉਹ ਸਾਰੇ ਬਾਹਰੋਂ ਦੀ ਆਏ ਨੇ, ਫੋਰਨ ਤੋਂ ਮੰਗਵਾਏ ਗਏ ਫਲਾਵਰਸ ਨੇ ਸਾਰੇ। ਸੋ 8 ਟਰੱਕ ਕਹਿੰਦੇ ਵੀ ਫੁੱਲਾਂ ਦੇ ਭਰ ਕੇ ਜਿਹੜੇ ਕਿ ਆਏ ਨੇ, ਜਿਹੜੇ ਸਾਰੇ ਹਰਿਮੰਦਰ ਸਾਹਿਬ ਸਜਾਵਟ ਹੋਈ ਹੈ। ਸੋ ਉਹ ਸਾਰੀ ਜਿਹੜੇ ਬਾਹਰੋਂ ਵੀ ਕਾਰੀਗਰ ਆਏ ਨੇ। ਸੋ 312 ਕਾਰੀਗਰ ਜਿਹੜੇ ਨੇ ਆਏ ਹੈ ਵੈਸਟ ਬੰਗਾਲ ਤੋਂ, ਔਰ ਹੋਰ ਵੀ ਸਿਟੀਜ਼ ਤੋਂ ਜਿਹੜੇ ਇਕੱਠੇ ਹੋ ਕੇ ਸਾਰੇ ਜਣੇ ਆਏ ਨੇ, ਜਿਹੜੇ ਕਿ ਸਰਵਿਸ ਕਰ ਰਹੇ ਨੇ ਇੱਥੇ। ਸੋ ਬਹੁਤ ਸੋਹਣੀ ਸੇਵਾ ਕੀਤੀ ਇਹਨਾਂ ਨੇ, ਬਹੁਤ ਅੱਛਾ ਸਜਾਇਆ, ਬਹੁਤ ਵਧੀਆ। ਸੋ ਦੇਖ ਸਕਦੇ ਤੁਸੀਂ ਜਾ ਕੇ। ਸੋ ਜੇ ਅੰਮ੍ਰਿਤਸਰ 'ਚ ਉਹ ਸਾਰੇ ਜਣੇ ਤੁਸੀਂ ਜ਼ਰੂਰ ਜਾ ਕੇ ਦੇਖਿਓ। ਸੋ ਬਹੁਤ ਵਧੀਆ ਦਰਸ਼ਨ ਕਰਕੇ ਆਓ ਜਾ ਕੇ। ਸੋ ਤੁਸੀਂ ਦੇਖ ਸਕਦੇ ਹੋ ਸਜਾਵਟ ਹੋ ਰਹੀ ਹੈ ਹਾਲੇ ਵੀ। ਸੋ ਇਹ ਦੇਖੋ ਸੰਗਤਾਂ ਸਜਾਵਟ ਕਰ ਰਹੀਆਂ ਨੇ, ਫਲਾਵਰਸ ਲਗਾ ਰਹੀਆਂ ਨੇ, ਬਹੁਤ ਸੋਹਣਾ ਸਜਾਇਆ ਹੋਇਆ ਵੈਸੇ ਉਹਨਾਂ ਨੇ, ਤੁਸੀਂ ਦੇਖ ਸਕਦੇ ਹੋ। ਸੰਗਤਾਂ ਸਜਾਵਟ ਲਈ ਹਾਲੇ ਜਾ ਰਹੀਆਂ ਨੇ। ਸੋ ਇਹ ਦੇਖੋ ਜੀ, ਇਹ ਸਾਰੇ ਫਲਾਵਰਸ ਪਏ ਹੋਏ ਨੇ, ਜਿਹੜਾ ਕਿ ਹਾਲੇ ਵੀ ਉਹਨਾਂ ਕੋਲ ਸਟੋਕ ਪਿਆ। ਸੋ ਅੱਜ ਦੀ ਰਾਤ ਦੇ ਵਿੱਚ ਉਹ ਕੰਪਲੀਟ ਕਰ ਦੇਣਗੇ ਸਾਰਾ ਦਾ ਸਾਰਾ। ਕਾਫੀ ਫਲਾਵਰਸ ਜਿਹੜੇ ਹਾਲੇ ਵੀ ਕੈਰਟ ਨੇ ਉਹ ਭਰੇ ਹੋਏ ਨੇ, ਆਲਮੋਸਟ ਜਿਹੜਾ ਕਿ ਉਹਨਾਂ ਨੇ ਫਾਈਨਲ ਡਨ ਜਿਹੜਾ ਕਰ ਦਿੱਤਾ ਹੋਇਆ, ਸਾਰਾ ਲੱਗ ਚੁੱਕਾ ਹੋਇਆ। ਸੋ ਇਹ ਸੰਗਤਾਂ ਵਿਸ਼ਰਾਮ ਕਰ ਰਹੀਆਂ ਨੇ, ਆਰਾਮ ਕਰ ਰਹੇ ਨੇ, ਜਿਹੜੇ ਬਾਹਰੋਂ ਯਾਤਰੀ ਆਏ ਹੋਏ ਨੇ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਜਾਇਆ ਹੋਇਆ ਸਾਰਾ ਅਕਾਲ ਤਖਤ ਸਾਹਿਬ। ਅਤੇ ਇਹ ਜਿਹੜਾ ਬਾਬਾ ਗੁਰਬਖਸ਼ ਸਿੰਘ ਜੀ ਦਾ ਗੁਰਦੁਆਰਾ ਹੈ, ਉਹ ਵੀ ਦੇਖੋ ਕਿੰਨਾ ਸੋਹਣਾ ਸਜਾਇਆ ਹੋਇਆ ਹੈ। ਸੋ ਇਹ ਜਿਹੜੇ ਫਲਾਵਰਸ ਤੁਸੀਂ ਦੇਖ ਰਹੇ ਹੋ, ਸਾਰੇ ਓਰੀਜਨਲ ਫਲਾਵਰਸ ਹੈਗੇ ਨੇ, ਕੋਈ ਵੀ ਆਰਟੀਫਿਸ਼ਲ ਫਲਾਵਰ ਨਹੀਂ ਯੂਜ਼ ਕੀਤਾ ਗਿਆ, ਬਹੁਤ ਹੀ ਵਧੀਆ ਫ੍ਰੈਗਨੈਂਸ ਆ ਰਹੀ ਇਹਨਾਂ ਦੀ। ਸੋ ਤੁਸੀਂ ਦੇਖ ਸਕਦੇ ਹੋ ਬਹੁਤ ਅੱਛੇ, ਬਹੁਤ ਹੀ ਵਧੀਆ ਜਿਹੜੇ ਫਲਾਵਰਸ ਨੇ ਲਗਾਏ ਨੇ, ਸਾਰੇ ਇੰਪੋਰਟਡ ਫਲਾਵਰਸ ਲਗਾਏ ਨੇ ਇਹਨਾਂ ਨੇ। ਸੋ ਆਓ ਤੁਹਾਨੂੰ ਅੰਦਰ ਵੀ ਦਰਸ਼ਨ ਜਿਹੜੇ ਉਹ ਕਰਵਾ ਦਿੰਦੇ ਹਾਂ, ਕਰੋ ਦਰਸ਼ਨ ਜੀ ਬਹੁਤ। ਸੋ ਬਾਹਰ ਜਿਹੜੇ ਦੇਖੋ ਸਾਰੀ ਸੰਗਤਾਂ ਜਾ ਰਹੀਆਂ ਨੇ ਦਰਸ਼ਨ ਕਰਕੇ। ਸਾਡਾ ਸਾਡੀ ਫੈਮਿਲੀ ਬੈਠੀ ਹੋਈ ਹੈ, ਸਾਡਾ ਪਰਿਵਾਰ ਬੈਠਾ ਹੋਇਆ ਹੈ, ਸਭ ਹੀ ਹਾਜ਼ਰੀ ਭਰ ਰਹੇ ਨੇ ਜੀ। ਕਿੰਨੇ ਵਧੀਆ ਫਲਾਵਰਸ ਲੱਗੇ ਨੇ ਤੁਸੀਂ ਦੇਖ ਸਕਦੇ ਹੋ, ਸਾਰੇ ਦੇ ਸਾਰੇ ਓਰੀਜਨਲ ਫਲਾਵਰਸ ਨੇ, ਮੈਂ ਪਹਿਲਾਂ ਵੀ ਦੱਸ ਚੁੱਕਿਆ ਤੁਹਾਨੂੰ। ਸੋ ਇਹ ਵਿਊ ਦੇਖੋ ਇੱਥੋਂ ਦਾ, ਬਹੁਤ ਵਧੀਆ ਲੱਗ ਰਿਹਾ ਜੀ। ਸੰਗਤਾਂ ਆਪਣਾ ਦਰਸ਼ਨ ਕਰਕੇ ਜਾ ਰਹੀਆਂ ਹਨ। ਸੋ ਤੁਹਾਨੂੰ ਲੈ ਕੇ ਚੱਲੀਏ ਥੱਲੇ ਗਾਇਸ। ਸੋ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਕਿੰਨਾ ਇਕੱਠ ਹੈਗਾ, ਬਹੁਤ ਜ਼ਿਆਦਾ ਰਸ਼ ਹੈ, ਬਹੁਤ ਸੰਗਤ ਆਈ ਹੋਈ ਹੈ। ਦੇਖੋ ਪੱਖੀਆਂ ਚੱਲ ਰਹੇ ਨੇ ਲੋਕ। ਸੋ ਇੱਥੋਂ ਲੰਘਣ ਦਾ ਵੀ ਰਸਤਾ ਜਿਹੜਾ ਕਿ ਨਹੀਂ ਹੈਗਾ ਇਸ ਲਈ, ਟਾਈਮ 2 ਵਜੇ ਦਾ ਹੋ ਚੁੱਕਿਆ ਰਾਤ ਦੇ। ਸੋ 2:30 ਵਜੇ ਕਵਾਟ ਖੁੱਲ੍ਹ ਜਾਣਗੇ, ਸੋ ਉਸ ਦੀ ਵੇਟ ਕਰ ਰਹੇ ਨੇ ਸਾਰੇ ਜਣੇ। ਸੋ ਦੇਖੋ ਇਹ ਫੁੱਲਾਂ ਦੇ ਕੈਰਟਸ ਜਿਹੜੇ ਲੈ ਕੇ ਜਾ ਰਹੇ ਨੇ, ਸਜਾਵਟ ਹੋਈ ਸਾਰੀ। ਸੋ ਤੁਸੀਂ ਕਰੋ ਦਰਸ਼ਨ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ। ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਸਜਾਵਟ ਹੋਈ ਹੈ। ਸੋ ਜਿਹੜਾ ਲਿਖਿਆ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ, ਇਹ ਸਾਰਾ ਫੁੱਲਾਂ ਦੇ ਨਾਲ ਲਿਖਿਆ ਗਿਆ, ਉੱਪਰ ਹਾਲੇ ਵੀ ਸੇਵਾ ਚੱਲ ਰਹੀ ਹੈ। ਸੋ ਥੱਲੇ ਦੇਖੋ ਜੀ, ਅੰਦਰ ਪੁੱਲ ਦੇ ਉੱਤੇ ਕਿੰਨਾ ਸੋਹਣੀ ਸਜਾਵਟ ਕੀਤੀ ਹੋਈ ਹੈ ਇਹਨਾਂ ਨੇ, ਖੰਡੇ ਬਣਾਏ ਹੋਏ ਆ ਫੁੱਲਾਂ ਦੇ ਨਾਲ।
ਸੋ ਸੰਗਤ ਦੇਖੋ ਕਿੰਨੀ ਜ਼ਿਆਦਾ ਹੈ, ਸਾਰੀ ਪਰਿਕਰਮਾ ਭਰੀ ਆਲਮੋਸਟ। ਸੋ ਬਹੁਤ ਸੋਹਣਾ ਦ੍ਰਿਸ਼ ਹੈ ਜੀ, ਬਹੁਤ ਵਧੀਆ। ਸੋ ਬੜੇ ਕਰਮਾਂ ਵਾਲੇ ਭਾਗਾਂ ਵਾਲੇ ਹਾਂ ਅਸੀਂ ਜਿਹੜਾ ਇੱਥੇ ਅੰਮ੍ਰਿਤਸਰ ਦੀ ਧਰਤੀ 'ਤੇ ਰਹਿੰਦੇ ਹਾਂ, ਔਰ ਇੱਥੇ ਸਾਨੂੰ ਆਉਣ ਦਾ ਮੌਕਾ ਮਿਲਦਾ। ਸੋ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਬਾਬਾ ਜੀ ਦੇ, ਥੈਂਕਸ ਟੂ ਗੋਡ। ਸੋ ਇਹ ਦੇਖੋ ਜੀ ਅਕਾਲ ਤਖਤ ਸਾਹਿਬ ਕਿੰਨਾ ਸੋਹਣਾ ਸਜਾਇਆ ਹੋਇਆ ਇਹਨਾਂ ਨੇ, ਸਾਰੀ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਹੈ। ਸੋ ਅੰਦਰ ਦਾ ਜਿਹੜਾ ਤੁਹਾਨੂੰ ਮੈਂ ਦ੍ਰਿਸ਼ ਨਹੀਂ ਦਿਖਾ ਪਾਵਾਂਗਾ ਕਿਉਂਕਿ ਆਲੇ ਅੰਦਰ ਨਹੀਂ ਜਾਣ ਦੇ ਰਹੇ, ਸੰਗਤ ਬਹੁਤ ਜ਼ਿਆਦਾ ਹੈਗੀ ਹੈ। ਕਬਾੜ ਖੁੱਲ੍ਹਣਗੇ ਫਿਰ ਮੈਂ ਨੈਕਸਟ ਪਾਰਟ ਵਿੱਚ ਤੁਹਾਨੂੰ ਅੰਦਰ ਦੀ ਜਿਹੜੀ ਹੈ ਸਜਾਵਟ ਵੀ ਦਿਖਾਵਾਂਗਾ। ਤੁਸੀਂ ਦੇਖ ਸਕਦੇ ਹੋ ਕਿੰਨੀ ਸੰਗਤ ਹੈ, ਬਹੁਤ ਮੁਸ਼ਕਿਲ ਨਾਲ ਸਮਝ ਲਓ ਲੰਘ ਕੇ ਜਾਣਾ ਪੈ ਰਿਹਾ। ਸੋ ਅਸੀਂ ਹੁਣ ਜਾ ਰਹੇ ਹਾਂ ਜੀ ਵਾਪਿਸ। ਸੋ ਕੱਲ੍ਹ ਆਵਾਂਗੇ ਅੰਦਰ ਦਰਸ਼ਨ ਕਰਨ ਜਾਵਾਂਗੇ। ਸੋ ਉਹਦਾ ਜਿਹੜਾ ਤੁਹਾਨੂੰ ਨੈਕਸਟ ਕਲਿੱਪ ਦੇ ਵਿੱਚ ਪਾਰਟ ਮੈਂ ਸਾਰਾ ਦਿਖਾਵਾਂਗਾ। ਸੋ ਜੁੜੇ ਰਹੋ ਚੈਨਲ ਦੇ ਨਾਲ, ਲੱਗੇ ਰਹੋ। ਸੋ ਟਾਈਮ ਦੇਖੋ ਜੀ 2:20 ਹੋ ਚੁੱਕੇ ਆ। ਸੋ ਅਸੀਂ ਜਾ ਰਹੇ ਹਾਂ ਘਰ। ਸੋ ਸੰਗਤ ਦੇਖ ਲਓ ਹਾਲੇ ਵੀ ਬਹੁਤ ਜ਼ਿਆਦਾ ਸੰਗਤ ਹੈਗੀ ਹੈ, ਬਹੁਤ ਇਕੱਠ ਹੈਗਾ। ਸੋ ਬਹੁਤ ਮਜ਼ਾ ਆਇਆ ਸਾਨੂੰ ਆ ਕੇ, ਬਹੁਤ ਦਿਲ ਖੁਸ਼ ਹੋਇਆ ਜੀ, ਬਹੁਤ ਥੈਂਕਸ ਟੂ ਗੋਡ, ਬਾਬਾ ਜੀ ਦਾ ਬਹੁਤ ਬਹੁਤ ਥੈਂਕਸ ਹੈ। ਸੋ ਬਾਹਰ ਦੇਖੋ ਜੀ ਲੰਗਰ ਚੱਲ ਰਿਹਾ। ਸੋ ਹੋਪ ਕਰਦੇ ਹਾਂ ਜੀ ਤੁਹਾਨੂੰ ਸਾਡੀ ਹੈ ਜਿਹੜੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਸੋ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਸੋ ਮਿਲਦੇ ਹਾਂ ਜੀ ਨੈਕਸਟ ਪਾਰਟ ਦੇ ਵਿੱਚ। ਸੋ ਥੈਂਕਸ ਫੋਰ ਵਾਚਿੰਗ। ਓਕੇ ਓਕੇ ਜੀ, ਗੁੱਡ ਬਾਏ।